तू अचरज
कुदरत तेरे कुदरत तेरी विश्वमा तू जना जम्मे में हुक्म में
हुक्मे जुम्मन हुक्मे मरना बलिहारी
ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਕੁਦਰਤ ਕਰਕੇ ਕੁਦਰਤ ਕਰਕੇ ਵਸਿਆ ਸੋਏ ਪੀਨੇ ਆਪ ਸਾਜਿਓ ਆਪੀਨੇ ਰਚਿਓ ਨਾ ਦੂਈ ਕੁਦਰਤ ਸਾਜੀਐ ਕੁਦਰਤ ਸਾਜੀਐ ਕੁਦਰਤ ਦਿਸੈ ਕੁਦਰਤ ਸੁਣਿਐ ਕੁਦਰਤ ਭਉ ਸੁਖ ਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਅਕਾ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਸਭ ਜਗ ਜਿਨੇ ਉਪਾਇਆ ਭਾਈ ਸਭ ਜਗ ਜਿਨੇ ਉਪਾਇਆ ਭਾਈ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸਭ ਜਗ ਜਿਨੇ ਉਕਾਇਆ ਭਾਈ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇ ਕੁਦਰਤ ਤੇਰੀ ਵਿਸਮਾ ਵਿਸਮਾਦ ਨੇਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਤਿੰਨ ਕਰਤੇ ਤਿੰਨ ਕਰਤੇ ਇੱਕ ਖੇਲ ਰਚਾਇਆ ਕੋਏ ਨਾ ਕਿਸ ਹੀ ਜਿਹਾ ਉਪਾਇਆ ਵਿਸਮਾਦ ਜੀ ਵਿਸਮਾਦ ਭੇਦ ਕਿੰਨੇ ਕੁ ਮਾਡਲ ਬਣਾਏ ਸੰਸਾਰ ਦੀ ਕਿਸੇ ਇੰਡਸਟਰੀ ਨੇ ਇੰਨੇ ਮਾਡਲ ਨਹੀਂ ਬਣਾਏ ਵਰੇ ਲੱਗ ਜਾਂਦੇ ਨੇ ਉਹਨਾਂ ਦੇ
ਡਿਜ਼ਾਈਨਰ ਬੈਠਦੇ ਨੇ, ਮੀਟਿੰਗਾਂ ਹੁੰਦੀਆਂ ਨੇ, ਵੱਖ ਵੱਖ ਡਿਜ਼ਾਈਨ ਤਿਆਰ ਕਰਕੇ ਫਿਰ ਉਹਨਾਂ ਵਿੱਚੋਂ ਕੋਈ ਚੋਣ ਕਰਦਾ ਹੈ, ਕੋਈ ਫੈਸਲਾ ਹੁੰਦਾ ਹੈ। ਏਡੀ ਅਜੀਬ ਗੱਲ ਹੈ। ਮੈਨੂੰ ਦੱਸ ਤੇਰੇ ਕੋਲ ਕਿਹੜਾ ਡਿਜ਼ਾਈਨਰ ਹੈ। ਆਏ ਦਿਨ ਲੱਖਾਂ ਆਦਮੀ ਆ ਰਹੇ ਨੇ, ਲੱਖਾਂ ਜੀਵ ਆ ਰਹੇ ਨੇ, ਸਾਰਿਆਂ ਵਿੱਚ ਆਪਸੀ ਫਰਕ ਹੈ। ਜੇ ਫਰਕ ਨਾ ਹੋਵੇ ਤੇ ਸਾਡੇ ਲਈ ਮੁਸ਼ਕਿਲ ਬਣ ਜਾਏ। ਹਜ਼ਾਰਾਂ ਆਦਮੀਆਂ ਵਿੱਚ ਆਪਣਾ ਭਰਾ ਖੋਤਾ ਖਲੋਤਾ ਹੋਵੇ, ਪਛਾਣ ਲਈਦਾ ਹੈ, ਕੋਈ ਫਰਕ ਹੈ ਨਾ। ਲੱਖਾਂ ਆਦਮੀਆਂ ਵਿੱਚ ਆਪਣਾ ਪੁੱਤਰ ਬੈਠਾ ਹੋਵੇ, ਪਛਾਣ ਲਈਦਾ, ਕੋਈ ਫਰਕ ਹੈ ਨਾ। ਜਿੰਨਾ ਕੋਈ ਨੇੜੇ ਹੈ ਉਹਨਾਂ ਉਹਦੀ ਉਹ ਪਛਾਣ ਨੂੰ ਜਾਣ ਲੈਂਦਾ। ਲੱਖਾਂ ਵਿੱਚ ਬੈਠਾ ਹੈ ਪਰ ਜਿਹੜਾ ਮੇਰਾ ਹੈ ਉਹਦੀ ਪਛਾਣ ਤੇ ਮੈਨੂੰ ਹੈ ਨਾ। ਕਹਿਣ ਲੱਗੇ ਜੇ ਨੇੜੇ ਹੋਣ ਨਾਲ ਪਛਾਣ ਦਾ ਮਸਲਾ ਹੈ ਤੇ ਫਿਰ ਸਾਡੇ ਸਾਹਮਣੇ ਸਭ ਤੋਂ ਵੱਡੀ ਪਰੇਸ਼ਾਨੀ ਵੀ ਇਹ ਬਣੀ ਪਈ ਹੈ। ਰੱਬ ਜੋ ਸਾਰਿਆਂ ਵਿੱਚ ਰਹਿ ਰਿਹਾ, ਸਾਰੇ ਬਣਾਏ ਸੋ ਸਾਰਿਆਂ ਵਿੱਚ ਰਹਿ ਰਿਹਾ, ਸਾਡੇ ਕੋਲ ਉਹਦੀ ਪਛਾਣ ਕਿਉਂ ਨਹੀਂ? ਕਿਉਂਕਿ ਅਸੀਂ ਉਹਦੇ ਨੇੜੇ ਨਹੀਂ। ਗੁਰਬਾਣੀ ਦੀ ਇੱਕ ਲਾਈਨ ਆਈ ਸੀ, ਜਿਨ ਜਗ ਸਿਰਜ ਸਮਾ, ਜਿਸਨੇ ਸੰਸਾਰ ਦੁਨੀਆ ਸਿਰਜੀ, ਕਿੰਨੀ ਖੂਬਸੂਰਤ ਹੋਵੇਗੀ ਦੁਨੀਆ ਜਿਹਨੂੰ ਰੱਬ ਆਪ ਬਣਾਉਂਦਾ, ਕਿਸੇ ਕੋਲੋਂ ਆਰਡਰ ਦੇ ਕੇ ਠੇਕੇ 'ਤੇ ਨਹੀਂ ਬਣਵਾਉਂਦਾ। ਸਾਰੀ ਘਾੜਤ ਵੀ ਆਪ ਕੱਢਦਾ, ਡਿਜ਼ਾਈਨ ਵੀ ਆਪ ਕਰਦਾ। ਕਰਨ ਕਾਰਨ ਸਮਰੱਥ ਹੈ ਕਰਤੇ, ਤੁਧ ਜੇਵਡ ਅਵਰ ਨ ਕੋਈ, ਤੁਧ ਆਪੇ ਸ੍ਰਿਸ਼ਟ ਸਿਰਜਿਆ, ਆਪ ਹੀ ਸਿਰਜਣਾ, ਕਿਸੇ ਹੋਰ ਕੋਲੋਂ ਸਿਰਜਣਾ ਨਹੀਂ ਕਰਾਉਂਦਾ। ਵਾਹਿਗੁਰੂ ਤੇਰੀ ਸਭ ਰਚਨਾ, ਰਚਨਾ ਤੇਰੀ, ਕਿਸੇ ਹੋਰ ਦੀ ਨਹੀਂ। ਪਰ ਕਿਹੜੀ ਅਜੀਬ ਗੱਲ ਹੈ, ਉਸ ਰਚਨਾ ਦੇ ਵਿੱਚ ਤੂੰ ਆਪ ਸਿਰਜ ਕੇ ਵਿੱਚ ਬੈਠ ਗਿਆ। ਜਿਹਨੇ ਜੱਗ ਸਿਰਜ ਸਮਾਇਆ ਵਿੱਚ ਬੈਠ ਗਿਆ, ਹੁਣ ਕਿਸੇ ਨੇ ਰੱਬ ਨੂੰ ਭਾਲਣਾ ਹੋਵੇ ਉਹਦੀ ਸਿਰਜਣਾ ਵਿੱਚੋਂ ਹੀ ਲੱਭੇਗਾ ਨਾ। ਜਿੱਥੇ ਬੈਠਾ ਉੱਥੇ ਪਹੁੰਚ ਜ਼ਰੂਰੀ ਹੈ। ਕੁਦਰਤ ਕਰਕੇ ਵਸਿਆ ਸੋਏ ਕੁਦਰਤ ਵਿੱਚ ਬੈਠਾ, ਤੇ ਉੱਥੋਂ ਹੀ ਲੱਭੇਗਾ। ਸਾਡਾ ਦੁਖਾਂ ਤੇ ਅਸੀਂ ਕੁਦਰਤ ਤੋਂ ਬਹੁਤ ਦੂਰ ਜਾ ਰਹੇ ਹਾਂ, ਇਹਨੀ ਕਾਦਰ ਤੋਂ ਹੀ, ਕੁਦਰਤ ਤੋਂ ਵੀ ਬਹੁਤ ਦੂਰ ਜਾ ਰਹੇ ਹਾਂ। ਤੇ ਇੱਕ ਪਾਸੇ ਸੱਚੇ ਵੀ ਹਾਂ ਕਿਉਂਕਿ ਕੁਦਰਤ ਦਾ ਜੋ ਰੂਪ ਉਹਨੇ ਬਣਾਇਆ ਸੀ, ਜੋ ਸੁੰਦਰਤਾ ਜੋ ਖੂਬਸੂਰਤੀ ਉਹਨੇ ਬਣਾਈ ਸੀ ਉਹ ਅਸੀਂ ਛੱਡੀ ਨਹੀਂ। ਪਿਛਲੇ ਦਿਨਾਂ ਵਿੱਚ ਕਿਉਂਕਿ ਲਗਾਤਾਰ ਸਬਜੈਕਟ ਚੱਲ ਰਿਹਾ ਸੀ ਨਾਨਕ ਦੁਨੀਆ ਕੈਸੀ ਹੋਈ, ਉਹਦੇ ਵਿੱਚ ਵੀ ਲਫਜ਼ ਆਏ ਸੀ। ਜਦੋਂ ਮੈਲ ਲੱਗ ਜਾਏ ਨਾ ਪਛਾਣ ਖਤਮ ਹੋ ਜਾਂਦੀ, ਜਦੋਂ ਕਾਲਖ ਲੱਗ ਜਾਏ
ਪਛਾਣ ਖਤਮ ਹੋ ਜਾਂਦੀ ਹੈ। ਐਡਾ ਮਰਜ਼ੀ ਸੁੰਦਰ ਕੱਪੜਾ ਹੋਵੇ, ਜੇ ਬਹੁਤ ਮੈਲਾ ਹੋ ਜਾਏ, ਤੰਦ ਮੈਲ ਪੈ ਜਾਏ, ਉਹਦੀ ਤੁਸੀਂ ਸੁੰਦਰਤਾ ਪਛਾਣ ਨਹੀਂ ਸਕਦੇ। ਅਤੇ ਮੈਂ ਅਰਜ਼ ਕੀਤੀ ਸੀ, ਜਿੰਨਾ ਮਰਜ਼ੀ ਖੂਬਸੂਰਤ ਚਿਹਰਾ ਹੋਵੇ ਪਰ ਕਾਲਾ ਕਰ ਦਿਓ, ਪਛਾਣ ਨਹੀਂ ਰਹਿੰਦੀ। ਹੁਣ ਜੇ ਕੁਦਰਤ ਵਿੱਚੋਂ ਸਾਨੂੰ ਰੱਬ ਨਹੀਂ ਮਿਲ ਰਿਹਾ, ਨਾ ਅਸੀਂ ਕਾਦਰ ਦੇ ਨੇੜੇ, ਨਾ ਅਸੀਂ ਕੁਦਰਤ ਦੇ ਨੇੜੇ, ਕਿਉਂ? ਕਿਉਂਕਿ ਅਸੀਂ ਪਛਾਣ ਗਵਾ ਦਿੱਤੀ ਕੁਦਰਤ ਦੀ। ਰੱਬ ਨੇ ਕੋਈ ਇਹੋ ਜਿਹੀ ਬਦਸੂਰਤ ਦੁਨੀਆ ਥੋੜ੍ਹੀ ਬਣਾਈ ਸੀ ਜਿਹੜੀ ਅੱਜ ਅਸੀਂ ਵੇਖ ਰਹੇ ਹਾਂ। ਮੈਂ ਇਸ ਪੱਖ ਨੂੰ ਲੈਣਾ ਚਾਹੁੰਦਾ ਸਾਂ, ਕਿਉਂਕਿ ਵੈਸੇ ਤਾਂ ਇਹ ਸਬਜੈਕਟ ਐਸਾ ਜਿੰਨੀ ਦੇਰ ਮਰਜ਼ੀ ਹੋਰ ਚੱਲਦਾ ਰਹਿੰਦਾ, ਪਰ ਮੈਂ ਚਾਹੁੰਦਾ ਸਾਂ 6 ਹਫ਼ਤੇ 6 ਵੀ ਗੁਜ਼ਰ ਗਏ ਨੇ, ਹੁਣ ਇਹਨੂੰ ਸਮਾਪਤ ਕਰੀਏ, ਦੂਜਾ ਪੱਖ ਵੀ ਲਈਏ ਕਿ ਨਿਰੀ ਨਾਨਕ ਦੁਨੀਆ ਕੈਸੀ ਹੋਏ ਦੀਆਂ ਬੁਰਾਈਆਂ, ਕਾਲਖ ਹੀ ਨਾ ਦੇਖਦੇ ਰਹੀਏ, ਇਹਨੂੰ ਬਣਾਉਣ ਵਾਲੇ ਪਾਸੇ ਵੀ ਤੁਰੀਏ। ਤੁਕਾਈ ਸੀ ਇਹ ਦੁਨੀਆ ਸੁਭਾਨ ਬੜੀ ਖੂਬਸੂਰਤ, ਸੁਭਾਨ ਦੁਨੀਆ ਦੀ ਖੂਬਸੂਰਤ ਵੀ ਦੇਖੀਏ। ਬਣਾਉਣ ਵਾਲਾ ਜੇ ਇੰਨਾ ਖੂਬਸੂਰਤ ਹੈ, ਉਹਨੇ ਬਦਸੂਰਤ ਚੀਜ਼ ਥੋੜ੍ਹਾ ਬਣਾਉਣੀ ਹੈ। ਜਿਹੜਾ ਬਣਾਉਣ ਵਾਲਾ ਉਹਦੇ ਸੰਬੰਧ ਵਿੱਚ ਤਾਂ ਅਸੀਂ ਰੋਜ਼ ਪੜ੍ਹ ਰਹੇ ਹਾਂ, ਆਹ ਸੁੰਦਰ ਮਨਮੋਹਨ ਪਿਆਰੇ, ਤੂੰ ਅੱਤ ਸੁੰਦਰ ਹੈ, ਤੇਰੇ ਵਰਗੀ ਸੁੰਦਰਤਾ ਕਿਸੇ ਕੋਈ ਨਹੀਂ। ਅਤੇ ਜੇ ਉਹ ਅੱਤ ਸੁੰਦਰ ਹੈ, ਉਹਦੀ ਬਣਾਈ ਹੋਈ ਚੀਜ਼ ਬਦਸੂਰਤ ਕਿਵੇਂ ਹੋ ਸਕਦੀ ਹੈ? ਇਹ ਦੁਨੀਆ ਮੈਂ ਅਤੇ ਤੁਸੀਂ ਥੋੜ੍ਹਾ ਬਣਾਈ। ਜਾਂ ਦੁਨੀਆ ਦਾ ਕੋਈ ਹੋਰ ਮਨੁੱਖ ਦਮ ਭਰੇ, ਹੱਥ ਉੱਚਾ ਕਰਕੇ ਆਖੇ ਦੁਨੀਆ ਮੈਂ ਬਣਾਈ ਹੈ, ਹਾਂ ਦੁਨੀਆ ਕਾਲੀ ਤੂੰ ਕੀਤੀ ਹੈ, ਇਹ ਤਾਂ ਆਖਣਾ ਪਏਗਾ। ਦੁਨੀਆ ਬਦਸੂਰਤ ਅਸੀਂ ਕੀਤੀ ਹੈ, ਇਹ ਸਾਨੂੰ ਮੰਨਣਾ ਪਏਗਾ। ਇਹ ਨਹੀਂ ਕਹਿ ਸਕਦੇ ਕਿ ਦੁਨੀਆ ਬਣਾਈ ਅਸੀਂ, ਮੇਰੇ ਮਾਲਕ ਨੇ ਬਣਾਈ, ਉਹ ਆਪ ਵਿੱਚ ਬੈਠ ਗਿਆ। ਹੁਣ ਜਿਹਦੇ ਵਿੱਚ ਰੱਬ ਨੇ ਆਪ ਬਹਿਣਾ ਹੋਵੇ, ਉਹ ਚੀਜ਼ ਭਲਾ ਮਾੜੀ ਹੋਏਗੀ? ਦੀਨ ਦੁਨੀ ਦਾ ਮਾਲਿਕ ਜਾ ਕੇ ਬਸ ਖਾਨ ਸੁਲਤਾਨ, ਦੁਨੀਆ ਦੇ ਕਿਸੇ ਰਾਜੇ ਨੇ ਆਪਣਾ ਰਾਜ ਮਹਿਲ ਬਣਾਉਣਾ ਹੋਵੇ, ਪੂਰੀ ਕੋਸ਼ਿਸ਼ ਕਰਕੇ ਖੂਬਸੂਰਤ ਬਣਾਉਂਦਾ। ਬਾਦਸ਼ਾਹ ਨੇ ਕੋਈ ਬਾਦਸ਼ਾਹੀ ਭਵਨ ਬਣਾਉਣਾ ਹੋਵੇ, ਕਿੱਡਾ ਖੂਬਸੂਰਤ ਬਣਾਉਂਦਾ। ਅਤੇ ਦੀਨ ਦੁਨੀਆ ਦੇ ਮਾਲਕ ਜਿਹਦੇ ਸੰਬੰਧ ਵਿੱਚ ਆਖਿਆ ਜਾਂਦਾ ਜਾ ਕੇ ਵਸ ਖਾਨ ਸੁਲਤਾਨ, ਜਾ ਕੇ ਵਸ ਹੈ ਸਗਲ ਜਹਾਨ, ਜੇ ਉਹਨੇ ਆਪਣਾ ਘਰ ਇਹ ਸੰਸਾਰ ਬਣਾਉਣਾ, ਦੁਨੀਆ ਬਣਾਉਣੀ ਹੋਵੇ, ਇਹ ਜਗ ਸੱਚੇ ਕੀ ਆ ਕੋਠੜੀ, ਸੱਚੇ ਘਰ ਵਿੱਚ ਵਾਸ, ਆਪਣੇ ਵਸਣ ਲਈ ਜਿਹੜਾ ਉਹਨੇ ਆਪਣਾ ਘਰ ਬਣਾਉਣਾ ਹੋਵੇ, ਉਹ ਮਾੜਾ ਬਣਾਏਗਾ? ਇਸ ਲਈ ਦੁਨੀਆ ਮਾੜੀ ਹੋ ਨਹੀਂ ਸਕਦੀ, ਸੋਚਣਾ ਇਹ ਹੈ, ਦੁਨੀਆ ਮਾੜੀ ਹੋ ਨਹੀਂ ਸਕਦੀ। ਸਿਰਫ ਫਰਕ ਇਹ, ਨਾ ਅਸੀਂ ਦੁਨੀਆ ਨੂੰ ਪਛਾਣ ਸਕੇ ਜਿਹੜੀ ਰੱਬ ਨੇ ਬਣਾਈ ਸੀ, ਮੈਲੀ ਕਰ ਲਈ, ਨਾ ਅਸੀਂ ਰੱਬ ਨੂੰ ਪਛਾਣ ਸਕੇ। ਅਤੇ ਗੁਰਬਾਣੀ ਦੀ ਹੁਣੇ ਧੁੱਕ ਆਈ ਸੀ, ਜਿਨ ਜੱਗ ਸਿਰਜ ਸਮਾਇ, ਜਿਹਨੇ ਸੰਸਾਰ ਸਿਰਜਿਆ, ਜੱਗ ਸਿਰਜਿਆ ਅਤੇ ਵਿੱਚ ਬੈਠ ਗਿਆ, ਉਹ ਜਿਹੜੀ ਉਹਨੇ ਕੁਦਰਤ ਦੁਨੀਆ ਸਾਜੀ ਨਾ, ਉਹਦਾ ਨਾਮ ਕੁਦਰਤ, ਉਹਦੇ ਵਿੱਚ ਬੈਠ ਗਿਆ। ਕਹਿਣ ਲੱਗੇ, ਜੇ ਤੂੰ ਉਹਨੂੰ ਜਾਣਨਾ ਚਾਹੁੰਦਾ, ਜਾਣਨਾ ਚਾਹੁੰਦਾ, ਤੈਨੂੰ ਕੁਦਰਤ ਵਿੱਚੋਂ ਹੀ ਲੱਭਣਾ ਪਏਗਾ, ਕਿਉਂਕਿ ਬੈਠਾ ਉੱਥੇ। ਜਿਨ ਜੱਗ ਸਿਰਜ ਸਮਾਇਆ, ਸੋ ਕੁਦਰਤ ਸੋ ਸਾਹਿਬ ਕੁਦਰਤ ਜਾਣੋ। ਉਹ ਸਾਹਿਬ ਜਿਹੜਾ ਕੁਦਰਤ ਵਿੱਚ ਬੈਠਾ, ਅਗਲੀ ਲਾਈਨ ਵਿੱਚ ਕਹਿਣ ਲੱਗੇ, ਸੱਚੜਾ ਦੂਰ ਨਾ ਭਾਲੀਐ,
ਕੁਦਰਤ ਨੂੰ ਛੱਡ ਕੇ ਦਿਨ ਰਾਤੀ ਜਿਹਨੂੰ ਬਣਾਈਆਂ ਕਹਿਣ ਲੱਗੇ ਭਲਿਆ ਜਿਹਨ ਦਿਨ ਕਰਕੇ ਕੀਤੀ ਰਾਤ ਬਣਾਇਆ ਉਸ ਖਸਮ ਨੂੰ ਵਿਸਾਰ ਬੈਠਾ ਖਸਮ ਵਿਸਾਰੇ ਅਤੇ ਕਮਜਾਤ ਵਿਸਾਰ ਬੈਠਾ ਜਿੰਨੀ ਦੇਰ ਤੋਂ ਉਹਦੇ ਘਰ ਦੇ ਨੇੜੇ ਨਹੀਂ ਜਾਂਦਾ ਹੁਣ ਕਦੀ ਕੌੜੀ ਸੱਚਾਈ ਮਨ ਨਾਲ ਸਾਂਝੀ ਕਰਿਓ ਅੱਜ ਮਨੁੱਖ ਕੁਦਰਤ ਤੋਂ ਬਹੁਤ ਦੂਰ ਹੋ ਗਿਆ ਕੁਦਰਤ ਨਾਲ ਹੀ ਸਾਡਾ ਰਿਸ਼ਤਾ ਟੁੱਟ ਗਿਆ ਕਾਦਰ ਨਾਲ ਤਾਂ ਬਾਅਦ ਵਿੱਚ ਪੈਣਾ ਸੀ ਨਾ ਘਰ ਦਾ ਪਹਿਲਾਂ ਘਰ ਦਾ ਐਡਰੈਸ ਪੂਰਾ ਪਤਾ ਹੋਵੇ ਤਾਂ ਹੀ ਘਰ ਦੇ ਮਾਲਕ ਨੂੰ ਮਿਲੀਏ ਸਾਡਾ ਕੁਦਰਤ ਨਾਲ ਕੀ ਸੰਬੰਧ ਹੈ ਜੰਗਲਾਂ ਦੇ ਝਰਨਿਆਂ ਵਿੱਚ ਜਾਣ ਦਾ ਸਾਡੇ ਕੋਲ ਸਮਾਨ ਹੈ ਅਸਮਾਨ ਦੇ ਤਾਰਿਆਂ ਦੇ ਥੱਲੇ ਸੌਣ ਦੀ ਜਿਹੜੀ ਸਾਡੀ ਪਰੰਪਰਾ ਸੀ ਜਿਹੜੇ ਅਸੀਂ ਰਾਤ ਨੂੰ ਬੱਚੇ ਛੋਟੇ ਛੋਟੇ ਅਸੀਂ ਸੌਂਦੇ ਸਨ ਬਾਹਰ ਰਾਤ ਨੂੰ ਕੋਠਿਆਂ 'ਤੇ ਮੰਜੀਆਂ ਡਾ ਕੇ ਤਾਰਿਆਂ ਨਾਲ ਗੱਲਾਂ ਕਰ ਖੇਡਾਂ ਖੇਡਦੇ ਸਾਂ ਉੱਥੇ ਹੀ ਅਸੀਂ ਚੋਰ ਅਤੇ ਸਿਪਾਹੀ ਬਣਾ ਲੈਂਦੇ ਸਾਂ ਕੁਝ ਤਾਰਿਆਂ ਨੂੰ ਚੋਰ ਬਣਾ ਲਿਆ ਨਾ ਅੱਗੇ ਅੱਗੇ ਦੌੜੇ ਜਾਂਦੇ ਨੇ ਪਿੱਛੇ ਕੁਝ ਤਾਰਿਆਂ ਨੂੰ ਇਸ਼ਾਰੇ ਕਰਨ ਲਵਾਏ ਸਿਪਾਹੀ ਨੇ ਪੁਲਿਸ ਪਿੱਛੇ ਇਹਨਾਂ ਨੂੰ ਫੜਨ ਜਾ ਰਹੀ ਚੋਰ ਸਿਪਾਹੀ ਦੀ ਖੇਡ ਖੇਡਣੀ ਤਾਰਿਆਂ ਨਾਲ ਅਤੇ ਸਾਰੀ ਰਾਤ ਬੇਸ਼ੱਕ ਉਹ ਖੇਡ ਖੇਡਦੇ ਰਹੋ ਮਨ ਅੱਕਦਾ ਨਹੀਂ ਸੀ ਕਿੱਡੀ ਅਜੀਬ ਗੱਲ ਹੈ ਰੋਜ਼ ਤਾਰੇ ਟੁੱਟਦੇ ਨੇ ਹੁਣ ਸਿਰਜਣ ਵਾਲਾ ਕੌਣ ਹੈ ਸੈਂਕੜਿਆਂ ਦੀ ਤਾਦਾਦ ਵਿੱਚ ਅਣਗਿਣਤ ਤਾਰੇ ਰੋਜ਼ ਟੁੱਟਦੇ ਨੇ ਪਰ ਅੱਜ ਦੇ ਨਹੀਂ ਟੁੱਟਦੇ ਯੁੱਗਾਂ ਤੋਂ ਸਦੀਆਂ ਤੋਂ ਟੁੱਟਦੇ ਨੇ ਅੱਜ ਤੱਕ ਤਾਰੇ ਹੀ ਨਹੀਂ ਮੁੱਕੇ ਤਾਰੇ ਟੁੱਟਦੇ ਨੇ ਪਰ ਮੁੱਕਦੇ ਨਹੀਂ ਸਦੀਆਂ ਗੁਜ਼ਰ ਗਈਆਂ ਨੇ ਤਾਰਿਆਂ ਨੂੰ ਟੁੱਟਦਿਆਂ ਅਸਮਾਨ ਉਵੇਂ ਤਾਰਿਆਂ ਨਾਲ ਭਰਿਆ ਪਿਆ ਬਾਬਾ ਕਬੀਰ ਨੇ ਐਵੇਂ ਨਹੀਂ ਆਖਿਆ ਕਹਿਣ ਲੱਗੇ ਓਏ ਜੋਗੀ ਸੈ ਅੰਬਰ ਤਾਰੇ ਓਏ ਜੋਗੀ ਸੈ ਅੰਬਰ ਤਾਰੇ ਕਿਨ ਓਏ ਚੀਤੇ ਚੀਤਨ ਹਾਰੇ ਕੋਹਰੇ ਪੰਡਤ ਅੰਬਰ ਕਾਸ਼ੋ ਲਾਗਾ ਹੁਣ ਕੁਦਰਤ ਨਾਲ ਤੇਰਾ ਕੋਈ ਸੰਬੰਧ ਬਣੇ ਤੇ ਤਾਂ ਹੀ ਤੂੰ ਇਹ ਗੱਲਾਂ ਸੋਚੇ ਹੁਣ ਤਾਂ ਸਾਨੂੰ ਤਾਰੇ ਵੇਖਣੇ ਹੀ ਔਖੇ ਹੋ ਗਏ ਆਫਿਸ ਤੋਂ ਨਿਕਲੇ ਕਾਰ ਵਿੱਚ ਬੈਠ ਗਏ ਕਾਰ ਤੋਂ ਨਿਕਲੇ ਘਰ ਬੈਠ ਗਏ ਅਤੇ ਘਰਾਂ ਵਿੱਚ ਦਰਵਾਜ਼ੇ ਬੰਦ ਕਰਕੇ ਏਸੀ ਲਾ ਕੇ ਸੌ ਗਏ ਸਾਨੂੰ ਬਾਹਰ ਛੱਤ ਦੇ ਉੱਤੇ ਪਤਾ ਨਹੀਂ ਕੀ ਪਤਾ ਹੀ ਨਹੀਂ ਕਦੋਂ ਤਾਰੇ ਚੜ੍ਹੇ ਅਤੇ ਕਦੇ ਡੁੱਬ ਗਏ ਕੀ ਸੰਬੰਧ ਰਹਿ ਗਿਆ ਅੱਜ ਅਸੀਂ ਕੋਈ ਫੁੱਲ ਦੇਖਣਾ ਹੋਵੇ ਅਤੇ ਕਿਸੇ ਫੁੱਲਾਂ ਦੀ ਦੁਕਾਨ ਤੋਂ ਪੈਸੇ ਦੇ ਕੇ ਟੁੱਟਿਆ ਹੋਇਆ ਫੁੱਲ ਲਿਆ ਕੇ ਖੁਸ਼ ਹੁੰਦੇ ਹਾਂ ਉਹ ਵੀ ਡਾਲੀ ਨਾਲੋਂ ਟੁੱਟਿਆ ਹੋਇਆ ਡਾਲੀ ਨਾਲ ਲੱਗਿਆ ਹੋਇਆ ਕਿਸੇ ਫਲ ਫੁੱਲਾਂ ਦੀ ਫੁੱਲਵਾੜੀ ਵਿੱਚ ਫੁੱਲ ਦੇਖਣ ਦੀ ਅਤੇ ਉਹਦੀ ਲਾਈਫ ਜਾਣਨ ਦੀ ਕਿਵੇਂ ਵੱਡਾ ਹੁੰਦਾ ਹੈ ਕਿਵੇਂ ਉਹਦੇ 'ਚ ਰੰਗ ਭਰੇ ਜਾਂਦੇ ਨੇ ਕਿਵੇਂ ਟੁੱਟਦਾ ਉਹ ਸਾਰੀਆਂ ਗੱਲਾਂ ਨਾਲ ਸਾਡਾ ਕੋਈ ਸੰਬੰਧ ਨਹੀਂ ਅਸੀਂ ਸਭ ਕੁਝ ਪੈਸੇ ਨਾਲ ਖਰੀਦਣਾ ਚਾਹੁੰਦੇ ਹਾਂ ਉਹ ਭਰਿਓ ਫੁੱਲਾਂ ਦੀ ਖੁਸ਼ਬੂ ਪੈਸਿਆਂ ਨਾਲ ਨਹੀਂ ਖਰੀਦੀ ਜਾਂਦੀ ਫੁੱਲਾਂ ਦੀ ਖੁਸ਼ਬੂ ਅਤੇ ਸੁੰਦਰਤਾ ਰੁਪਿਆਂ ਨਾਲ ਨਹੀਂ ਤੋਲੀ ਜਾ ਸਕਦੀ ਅਸੀਂ ਕੁਦਰਤ ਦੇ ਨੇੜੇ ਹੀ ਨਹੀਂ ਰਹੇ ਅਸਮਾਨ ਤੋਂ ਉਤਰਦੀ ਵੱਡੇ ਵੱਡੇ ਪਹਾੜਾਂ ਦੀਆਂ ਉਚਾਈਆਂ ਤੋਂ ਅਸਮਾਨੀ ਉਚਾਈਆਂ ਤੋਂ ਉਤਰਦੀ ਗੰਗਾ ਕੋਈ ਮੈਲੀ ਥੋੜ੍ਹਾ ਸੀ ਅੱਜ ਅਸੀਂ ਹੋਕਾ ਦੇ ਰਹੇ ਹਾਂ ਅਤੇ ਲੋਕ ਨਾਮ ਰੱਖ ਰਹੇ ਨੇ ਕਹਿੰਦੇ ਨੇ ਰਾਮ ਤੇਰੀ ਗੰਗਾ ਮੈਲੀ ਉਹ ਭਲਿਆ ਇਹ ਦੱਸ ਉਹਦੀ ਮੈਲੀ ਤਾਂ ਨਹੀਂ ਸੀ ਉਹਦੀ ਤਾਂ ਗੰਗਾ ਸਾਫ਼ ਸੀ ਮੈਲੀ ਤਾਂ ਤੂੰ ਕੀਤੀ ਹੈ ਜਦੋਂ ਗੰਗੋਤਰੀ ਤੋਂ ਗੰਗਾ ਉਤਰਦੀ ਹੈ ਉਦੋਂ ਮੈਲੀ ਹੁੰਦੀ ਹੈ
ਪਰ ਉਸ ਜਿਉਂਦੇ ਰੱਬ ਦੀ ਬਣਾਈ ਹੋਈ ਗੰਗਾ ਵਿੱਚ ਤੂੰ ਮੁਰਦੇ ਪਾਉਣੇ ਸ਼ੁਰੂ ਕਰ ਦਿੱਤੇ। ਜਿਹਦੇ ਘਰ ਵਿੱਚ ਮੌਤ ਹੈ ਹੀ ਨਹੀਂ, ਜਿਹਦੇ ਘਰ ਵਿੱਚ ਨਿਰਾ ਜੀਵਨ ਹੈ, ਨਾ ਉਹ ਮਰੇ ਨਾ ਹੋਵੇ ਸੋਗ। ਉਹ ਅਵਿਨਾਸ਼ੀ ਰਾਇਆ ਜਿਹੜਾ ਕਦੀ ਮਰਦਾ ਹੀ ਨਹੀਂ, ਭੇਜੀ ਸੀ ਗੰਗਾ ਉਹਨੇ, ਆਈ ਸੀ ਉਹਦੇ ਕੋਲੋਂ, ਤੇ ਤੂੰ ਉਹਦੇ ਵਿੱਚ ਮੁਰਦੇ ਪਾਉਣੇ ਸ਼ੁਰੂ ਕਰ ਦਿੱਤੇ, ਮੈਲੀ ਤਾਂ ਤੂੰ ਕੀਤੀ ਹੈ। ਅੱਜ ਤੈਨੂੰ ਗੰਗਾ ਮੈਲੀ ਦਿਸਣ ਲੱਗ ਪਈ, ਹੁਣ ਤੂੰ ਸਾਫ਼ ਕਰਨ ਦੇ ਉਪਰਾਲੇ ਕਰਨਾ, ਤੂੰ ਮੈਲੀ ਫਿਰ ਵੀ ਸਾਫ਼ ਨਹੀਂ ਕਰ ਸਕੇਗਾ, ਕਿਉਂਕਿ ਮੈਲਾ ਖਾਏ ਫਿਰ ਮੈਲ ਵਧਾਏ। ਦੁਨੀਆ ਮਾੜੀ ਨਹੀਂ, ਬੜੀ ਖੂਬਸੂਰਤ ਹੈ, ਤੂੰ ਕੁਦਰਤ ਦੇ ਨੇੜੇ ਹੋ, ਤੈਨੂੰ ਪਤਾ ਲੱਗੇ ਬਣਾਉਣ ਵਾਲੇ ਨੇ ਖੂਬਸੂਰਤੀ ਕਿਸੇ ਪਤਾ ਨਹੀਂ ਕਿੱਥੇ ਬੈਠਾ, ਪੰਖੀਆਂ ਦੇ ਪੰਖਾਂ ਨੂੰ ਚਿੱਤਰਕਾਰੀ ਨਾਲ ਚਿੱਤਰਕਾਰ ਕਰ ਰਿਹਾ, ਪਤਾ ਨਹੀਂ ਕਿੱਥੇ ਬੈਠਾ ਫੁੱਲਾਂ ਵਿੱਚ ਰੰਗ ਭਰ ਰਿਹਾ, ਪਤਾ ਨਹੀਂ ਕਿੱਥੇ ਬੈਠਾ ਬੜੇ ਸੁੰਦਰ ਅਤੇ ਰਮਣੀਕ ਚਸ਼ਮੇ ਪੈਦਾ ਕਰ ਰਿਹਾ। ਮੈਂ ਇੱਕ ਵਾਰ ਕੀਤੀ ਸੀ, ਕਿਹੜੀ ਅਜੀਬ ਗੱਲ ਹੈ, ਆਮ ਮੈਦਾਨੀ ਧਰਤੀ ਜਿਹੜੀ ਸਖ਼ਤ ਕਠੋਰ ਨਹੀਂ ਹੁੰਦੇ, ਉਹਦੇ ਵਿੱਚ ਸਾਨੂੰ ਪਾਣੀ ਦੀ ਲੋੜ ਹੋਵੇ ਨਾ, ਅਸੀਂ ਖੂਹ ਲਾਉਣਾ ਹੋਵੇ ਤਾਂ ਕਿੱਡੀਆਂ ਮੁਸ਼ਕਲਾਂ ਬਣ ਜਾਂਦੀਆਂ ਨੇ, ਬੋਰ ਕਰਨਾ ਹੋਵੇ ਕਿੱਡੀਆਂ ਮੁਸ਼ਕਲਾਂ ਬਣ ਜਾਂਦੀਆਂ ਨੇ, ਪਾਣੀ ਨੂੰ ਕਿੱਥੋਂ ਲਿਆਓ, ਕਿੱਡਾ ਡੂੰਘਾ ਬੋਰ ਕਰੋ ਤਾਂ ਕਿ ਪਾਣੀ ਸਾਡੇ ਕੋਲ ਆ ਜਾਏ, ਅਤੇ ਕਿੱਡੀ ਅਜੀਬ ਗੱਲ ਹੈ, ਪਹਾੜ ਦੀਆਂ ਚੋਟੀਆਂ 'ਤੇ ਪਥਰੀਲੀ ਧਰਤੀ ਹੈ, ਉੱਥੇ ਕੌਣ ਬੋਰ ਕਰਦਾ ਹੈ, ਪਥਰੀਲੀ ਧਰਤੀ ਪੱਥਰ ਹੀ ਪੱਥਰ, ਉੱਥੇ ਖੂਹ ਲਾਉਣੇ ਅਤੇ ਉੱਥੇ ਬੋਰ ਕਰਨੇ ਕਿੱਡੇ ਮੁਸ਼ਕਲ ਹੋਣ, ਪਰ ਇਹ ਮੇਰੇ ਰੱਬ ਤੇਰੇ ਨਿਯਮ, ਜਿੱਥੇ ਜਿਹੜੀ ਚੀਜ਼ ਦੀ ਜ਼ਰੂਰਤ ਹੈ ਤੂੰ ਆਪ ਭੇਜ ਰਿਹਾ, ਕਿਉਂਕਿ ਉੱਥੇ ਜੰਗਲ ਨੇ, ਕਿਉਂਕਿ ਉੱਥੇ ਦਰਖਤ। ਅੱਜ ਵੀ ਸਾਇੰਸਦਾਨ ਮੰਨਦੇ ਨੇ ਇਸ ਗੱਲ ਨੂੰ ਕਿ ਜਿੱਥੇ ਤੁਹਾਨੂੰ ਪਾਣੀ ਦੀ ਲੋੜ ਹੋਵੇ ਉੱਥੇ ਦਰਖਤ ਪੈਦਾ ਕਰੋ, ਤੇਰੇ ਪੈਦਾ ਕੀਤਾ ਹੋਇਆ ਪਾਣੀ ਨਹੀਂ ਆਉਣਾ, ਜਦੋਂ ਤੂੰ ਕੁਦਰਤ ਪੈਦਾ ਕਰੇਗਾ ਕਾਦਰ ਨੂੰ ਪਾਣੀ ਦੀ ਲੋੜ ਮਹਿਸੂਸ ਕਰਕੇ ਆਪ ਹੀ ਭੇਜੇਗਾ ਜੰਗਲਾਂ ਵਿੱਚ, ਅਤੇ ਜੇ ਪਹਾੜਾਂ 'ਤੇ ਪੱਥਰੀਲੀਆਂ ਉਚਾਈਆਂ 'ਤੇ ਕੌਣ ਬੋਰ ਕਰਦਾ ਹੈ, ਪਰ ਉੱਥੇ ਚਸ਼ਮੇ ਆਪੇ ਹੀ ਫੁੱਟ ਫੁੱਟ ਪੈ ਨਿਕਲਦੇ ਨੇ। ਅਸੀਂ ਜਿਉਂ ਜਿਉਂ ਕੁਦਰਤ ਨਾਲੋਂ, ਅੱਜ ਸਾਨੂੰ ਕੁਦਰਤ ਤੋਂ ਨਫ਼ਰਤ ਹੋ ਗਈ ਹੈ। ਮੈਨੂੰ ਇੱਕ ਕਿਤਾਬ ਪੜ੍ਹਨ ਦੀ ਬਹੁਤ ਦੇਰ ਹੋਈ, ਸਮਾਂ ਮਿਲਿਆ, ਗੁਰਬਖਸ਼ ਸਿੰਘ ਪੀਤਲੜੀ ਦੀ, ਬੜਾ ਲੌਜਿਕ ਰਾਈਟਰ ਸੀ, ਕੁਦਰਤ ਦੇ ਸੱਚਾਈ ਦੇ ਲੌਜਿਕਤਾ ਨੂੰ ਨੇੜਿਓਂ ਹੋ ਕੇ ਦੇਖਣ ਵਾਲਾ, ਥਾਂ 'ਤੇ ਬੜਾ ਖੂਬਸੂਰਤ ਲਿਖਦਾ ਹੈ, ਕਹਿੰਦਾ ਕਦੀ ਬੱਚੇ ਮਿੱਟੀ ਦੇ ਢੇਰਾਂ 'ਤੇ ਖੇਡਦੇ ਸਨ, ਮਿੱਟੀ ਦੇ ਢੇਰਾਂ 'ਤੇ ਖੇਡਦੇ ਸਨ, ਤਨ 'ਤੇ ਸਾਬਤ ਕੱਪੜੇ ਵੀ ਨਹੀਂ ਸਨ ਹੁੰਦੇ, ਪੈਰਾਂ ਵਿੱਚ ਜੁੱਤੀ ਵੀ ਨਹੀਂ ਹੁੰਦੀ ਸੀ, ਮਿੱਟੀ 'ਤੇ ਖੇਡਦੇ ਸਨ, ਸਾਡੇ ਅੱਜ ਦੇ ਬੱਚਿਆਂ ਨਾਲੋਂ ਤੰਦਰੁਸਤ ਹੁੰਦੇ ਸਨ, ਮਜ਼ਬੂਤ ਹੁੰਦੇ ਸਨ। ਧਰਤੀ ਮਾਂ, ਉਹ ਉੱਥੇ ਲਫ਼ਜ਼ ਵਰਤਦਾ ਹੈ, ਕਹਿੰਦਾ ਧਰਤੀ ਮਾਂ ਹੈ, ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਮਾਂ ਦੀ ਗੋਦ ਵਿੱਚ ਖੇਡਦੇ ਸਨ, ਮਾਂ ਦੀ ਗੋਦ ਵਿੱਚ। ਪਰ ਕਹਿਣ ਲੱਗਾ, ਲਿਖਦਾ ਹੈ, ਕਹਿੰਦਾ ਸਮਾਂ ਬਦਲ ਗਿਆ, ਹੁਣ ਮਨੁੱਖ ਮਾਂ ਨਾਲੋਂ ਟੁੱਟ ਗਿਆ, ਮਾਂ ਮਿੱਟੋ, ਉੱਥੇ ਲਫ਼ਜ਼ ਲੱਗਦਾ ਮਾਂ ਮਿੱਟਰ ਹੋ ਗਿਆ, ਦੁਨੀਆਂ ਦੇ ਕੋਲ, ਦੁਨੀਆਂ ਦੇ ਲੋਕ ਜਿਨ੍ਹਾਂ ਨੂੰ ਮਾਂ ਦਾ ਪਿਆਰ ਨਾ ਮਿਲੇ, ਮਾਂ ਦੀ ਛੋਹ ਨਾ ਮਿਲੇ, ਉਹਨੂੰ ਲੋਕ ਮਾਂ ਮਿੱਟਰ ਕਹਿੰਦੇ ਨੇ, ਲਫ਼ਜ਼ ਲਿਖਿਆ। ਕਹਿੰਦਾ ਜਦੋਂ ਮੈਂ ਅੱਜ ਦੇ ਸਮਾਜ ਨੂੰ ਦੇਖਣਾ ਤਾਂ ਮੈਨੂੰ ਇਹ ਦਿਸਦਾ ਜਿਵੇਂ ਮਨੁੱਖ ਮਾਂ ਮਿੱਟਰ ਹੋ ਗਿਆ, ਕਿਉਂਕਿ ਇਹਨੂੰ ਮਾਂ ਦੀ ਛੋਹ ਹੀ ਨਹੀਂ ਮਿਲੀ ਜ਼ਿੰਦਗੀ 'ਚ, ਘਰ ਦੇ ਫਰਸ਼ ਵੀ ਪੱਕੇ ਨੇ,
ਕੱਚੀ ਮਿੱਟੀ ਨਾਲ ਨਹੀਂ ਛੋੜਦੇ ਨੇ, ਪੈਰਾਂ ਵਿੱਚ ਜੁਰਾਬਾਂ ਪਾ ਲੈਣੀਆਂ ਨੇ, ਜੁੱਤੀ ਪਾ ਕੇ ਕਾਰ 'ਚ ਬਹਿ ਜਾਣਾ, ਕਾਰ 'ਚ ਉਤਰਨਾ, ਆਫਿਸ ਵਿੱਚ ਚਲਾ ਜਾਣਾ, ਆਫਿਸ ਤੋਂ ਨਿਕਲਣਾ, ਵਾਪਸ ਘਰ ਆ ਜਾਣਾ। ਕਦੇ ਇਹਨੇ ਧਰਤੀ ਨਾਲ ਤਾਂ ਕਦਮ ਛੁਆ ਕੇ ਨਹੀਂ ਵੇਖਿਆ। ਉਹਦੇ 'ਚ ਸੀ ਕੈਲਸ਼ੀਅਮ, ਕੈਲਸ਼ੀਅਮ ਦੂਜੇ ਲਫ਼ਜ਼ਾਂ 'ਚ ਅਸੀਂ ਕੀ ਕਹਿੰਦੇ, ਹੁਣ ਇਹ ਕੈਲਸ਼ੀਅਮ ਦੀਆਂ ਗੋਲੀਆਂ ਖਾਂਦਾ, ਕੈਲਸ਼ੀਅਮ ਦੇ ਕੈਪਸੂਲ ਖਾਂਦਾ, ਕਿਉਂਕਿ ਜਿਹੜਾ ਓਰੀਜਨਲ ਸੀ ਨਾ ਉਹਦੇ ਨਾਲੋਂ ਟੁੱਟ ਗਿਆ। ਸੋ ਇੱਕ ਖਿਆਲ ਕਰਿਓ, ਕੁਦਰਤ ਨਾਲੋਂ ਟੁੱਟ ਜਾਣਾ ਕਾਦਰ ਨਾਲੋਂ ਟੁੱਟ ਜਾਣਾ। ਜਿੰਨੀ ਦੇਰ ਅਸੀਂ ਕੁਦਰਤ ਦੇ ਨੇੜੇ ਨਹੀਂ ਹੁੰਦੇ, ਸਾਨੂੰ ਇਹ ਕੁਐਸਚਨ, ਇੱਕ ਸਵਾਲ ਹੀ ਖੜ੍ਹਾ ਨਹੀਂ ਹੁੰਦਾ ਕਿ ਇਸ ਕੁਦਰਤ ਨੂੰ ਸਜਾਉਣ ਵਾਲਾ, ਬਣਾਉਣ ਵਾਲਾ ਕੌਣ ਹੈ। ਅਸੀਂ ਆਪਣੀ ਕਿਸਮ ਦੀ ਦੁਨੀਆ ਵਸਾ ਲਈ ਅਤੇ ਉਹ ਦੁਨੀਆ ਹੋ ਗਈ ਹੈ ਸਾਡੀ ਮੈਲੀ ਦੁਨੀਆ। ਮੈਂ ਇੱਕ ਵਾਰ ਕੀਤੀ ਸੀ, ਜਿਹੜੀ ਚੀਜ਼ ਤੇਰੀ ਬਣਾਈ ਹੋਈ ਹੈ ਉਹ ਪੁਰਾਣੀ ਵੀ ਹੋਣੀ ਹੈ, ਉਹਨੇ ਟੁੱਟਣਾ ਵੀ ਹੈ, ਉਹਨੇ ਮੈਲਾ ਵੀ ਹੋਣਾ ਹੈ, ਉਹਨੇ ਮਰਨਾ ਵੀ ਹੈ। ਇੱਕ ਵਾਰ ਐਗਜ਼ਾਂਪਲ ਦਿੱਤੀ ਸੀ ਕਿ ਤੂੰ ਮਕਾਨ ਬਣਾਏ, ਮਕਾਨ ਬਣਾਏ ਅਤੇ ਉਹਨੂੰ 10-20 ਸਾਲ ਬਾਅਦ ਵੇਚਣਾ ਚਾਹੇ, ਉਹਦੀ ਵੈਲਿਊ ਘੱਟ ਜਾਂਦੀ ਹੈ। ਪੁੱਛਦੇ ਨੇ ਕਿੰਨਾ ਪੁਰਾਣਾ ਮਕਾਨ ਹੈ, ਕਿੰਨੀ ਦੇਰ ਬਣੀ ਨੂੰ ਹੋ ਗਈ, ਕਿਉਂਕਿ ਮਕਾਨ ਤੂੰ ਬਣਾਇਆ ਨਾ, ਉਹਦੀ ਵੈਲਿਊ ਘੱਟ ਜਾਂਦੀ। ਪਰ ਉਸ ਕੀਮਤ ਘਟਾਉਣ ਵਾਲੇ ਖਰੀਦਦਾਰ ਨੇ ਕਦੀ ਇਹ ਨਹੀਂ ਪੁੱਛਿਆ ਜਿਸ ਧਰਤੀ 'ਤੇ ਮਕਾਨ ਬਣਿਆ ਹੈ ਕਿੰਨੀ ਪੁਰਾਣੀ ਹੈ, ਉਹਦੀ ਵੈਲਿਊ ਵੱਧ ਗਈ। ਜ਼ਮੀਨ ਦੀ ਵੈਲਿਊ ਵੱਧ ਗਈ, ਬਣਾਈ ਹੋਈ ਇਮਾਰਤ ਦੀ ਵੈਲਿਊ ਘੱਟ ਗਈ, ਕਿਉਂਕਿ ਧਰਤੀ ਤੂੰ ਨਹੀਂ ਬਣਾਈ, ਮਕਾਨ ਤੂੰ ਬਣਾਇਆ ਸੀ। ਤੇਰੀ ਬਣਾਈ ਹੋਈ ਚੀਜ਼ ਦਾ ਆਹ ਫਰਕ ਹੈ। ਇਹ ਦੁਨੀਆ ਜਿਹੜੀ ਤੂੰ ਬਣਾ ਰਹੇ ਨੇ, ਜਿਹਨੂੰ, ਜਿਸ ਦੁਨੀਆ ਤੋਂ ਅੱਜ ਨਫ਼ਰਤ ਹੈ, ਜਿਹਨੂੰ ਅਸੀਂ 6 ਹਫ਼ਤਿਆਂ ਵਿੱਚ ਇੱਕ ਪਾਸੇ ਇਹ ਪਛਾਣਿਆ ਨਾਨਕ ਦੁਨੀਆ ਕੈਸੀ ਹੋਈ, ਜਿੰਦਾ ਅਸੀਂ ਇੱਕ ਰੂਪ ਦੇਖਿਆ ਨਾਨਕ ਦੁਨੀਆ ਕੈਸੀ ਹੋਈ, ਸਾਲਖ ਮਿਤ ਨਾ ਰਹੇ ਭਾਈ ਬੰਦੀ ਹੇਤ ਚੁਕਾਇਆ, ਦੁਨੀਆ ਕਾਰਨ ਦੀਨ ਗਵਾਇਆ। ਉਹ ਦੁਨੀਆ ਮੇਰੇ ਰੱਬ ਦੀ ਬਣਾਈ ਹੋਈ ਸੀ। ਮੈਂ ਹੈਰਾਨ ਹੋਇਆ, ਮੈਂ ਕਿਹਾ ਕਿਹੜੀ ਅਜੀਬ ਗੱਲ ਹੈ, ਇੱਕ ਅੰਮ੍ਰਿਤ ਗੁਰੂ ਲਿਆਉਂਦਾ, ਇੱਕ ਅੰਮ੍ਰਿਤ ਗੁਰੂ ਲਿਆਉਂਦਾ, ਉਹ ਦਿੰਦਾ, ਉਹਦੇ ਵਿੱਚੋਂ ਪਿਆਰੇ ਜਨਮ ਲੈ ਲੈਂਦੇ ਨੇ, ਕਿਹੜੀ ਅਜੀਬ ਗੱਲ ਹੈ। ਪਿਆਰਾ ਉਸ ਨੂੰ ਕਹਿੰਦੇ ਨੇ ਜਿਹਦੇ 'ਚ ਪਿਆਰ ਹੋਵੇ, ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ। ਕਹਿਣ ਲੱਗੇ ਜਦੋਂ ਗੁਰੂ ਤੁੱਠਦਾ ਹੈ ਉਦੋਂ ਭਾਉ ਗੁਰੂ ਦੀ ਵਾਈਆ, ਉਦੋਂ ਪਿਆਰ ਝੋਲੀ ਪਾਉਂਦਾ, ਉਸ ਪਿਆਰ ਨਾਲ ਲੋਕ ਫਿਰ ਪਿਆਰੇ ਬਣਦੇ ਨੇ। ਮੈਂ ਕਿਹਾ ਕਿੱਡੀ ਅਜੀਬ ਗੱਲ ਹੈ, ਗੁਰੂ ਅੰਮ੍ਰਿਤ ਦੇਵੇ ਅਤੇ ਉਹਦੇ ਵਿੱਚੋਂ ਪਿਆਰੇ ਜਨਮ ਲੈਣ, ਅਤੇ ਅੱਜ ਉਸੇ ਅੰਮ੍ਰਿਤ ਨੂੰ ਸਮਾਂ ਬੀਤਣ ਨਾਲ ਤੂੰ ਇੰਨਾ ਮੈਲਾ ਕਰ ਦਿੱਤਾ ਕਿ ਹੁਣ ਤੇਰੇ ਜਨਮ ਵਿੱਚੋਂ, ਤੇਰੇ ਪਿਆਰ, ਤੇਰੇ ਅੰਮ੍ਰਿਤ ਵਿੱਚੋਂ ਨਫ਼ਰਤ ਪੈਦਾ ਹੁੰਦੀ ਆ। ਫਲਾਣਾ ਸਿੱਖ ਨਹੀਂ, ਮੈਂ ਇਹਦੇ ਹੱਦਾਂ ਨਹੀਂ ਖਾ ਸਕਦਾ, ਸਿੱਖ ਨਹੀਂ ਹੈ। ਗੁਰੂ ਦੇ ਦਿੱਤੇ ਹੋਏ ਅੰਮ੍ਰਿਤ ਵਿੱਚੋਂ ਪਿਆਰ ਜਨਮ ਲੈਂਦਾ ਸੀ, ਤੇਰੇ ਬਣਾਏ ਹੋਏ ਅੰਮ੍ਰਿਤ ਵਿੱਚੋਂ ਨਫ਼ਰਤ ਜਨਮ ਲੈ ਰਹੀ ਹੈ। ਤੂੰ ਬਦਲਿਆ ਨਾ ਕੁਝ, ਇਵੇਂ ਤੂੰ ਦੁਨੀਆ ਬਦਲ ਦਿੱਤੀ ਹੈ, ਇਵੇਂ ਤੂੰ ਕੁਦਰਤ ਬਦਲ ਦਿੱਤੀ ਹੈ। ਉਲਾਂਭੇ ਦਿਨ ਹੈ, ਦੁਨੀਆ ਮਾੜੀ, ਦੁਨੀਆ ਮਾੜੀ ਨਹੀਂ। ਅੱਜ ਬੜੀ ਪੁਰਾਣੀ ਗੱਲ ਨਹੀਂ ਕੋਈ, ਕੇਵਲ 325 ਸਾਲ, 300 ਸਾਲ ਪੁਰਾਣੀ ਗੱਲ ਹੈ। ਗੁਰੂ ਦੇ ਅੰਮ੍ਰਿਤ ਅਤੇ ਅੱਜ ਦੇ ਅੰਮ੍ਰਿਤ ਨੂੰ ਮੁਕਾਬਲੇ ਨੂੰ ਦੇਖ ਲੈ। ਉਹ ਅੰਮ੍ਰਿਤਧਾਰੀ ਪਿਆਰੇ ਸਨ, ਅੱਜ ਦੇ ਅੰਮ੍ਰਿਤਧਾਰੀ ਕੇਵਲ ਨਫ਼ਰਤ ਅਤੇ ਇੱਕ ਦੂਜੇ ਤੋਂ ਦੂਰੀ। ਜਿੰਨੇ ਝਗੜੇ ਹੋ ਰਹੇ ਨੇ ਉਹ ਇਹਨਾਂ ਸਰੂਪਾਂ ਵਿੱਚ ਹੀ ਹੋ ਰਹੇ ਨੇ। ਸੱਚਾਈ, ਕੌੜੀ ਸੱਚਾਈ, ਕੋਈ ਮੰਨੇ ਨਾ ਮੰਨੇ, ਮੈਨੂੰ ਕਹਿਣ ਦਾ ਸੁਭਾਅ ਹੈ। ਕਾਰਨ ਕੀ ਕਿ ਹੁਣ ਉਹਦੇ ਵਿੱਚ ਸਾਡੀ ਮਰਜ਼ੀ, ਸਾਡੀ ਸੋਚ ਸ਼ਾਮਿਲ ਹੋ ਗਈ ਹੈ।
ਅਸੀਂ ਕੁਦਰਤ ਦੀ ਹਰ ਇੱਕ ਚੀਜ਼ ਨੂੰ ਓਰੀਜਨਲ ਨਹੀਂ ਛੱਡਿਆ। ਉਹਦਾ ਅਸਲ ਰੂਪ ਜਿਹੜਾ ਮੇਰੇ ਰੱਬ ਨੇ ਬਣਾਇਆ ਸੀ ਨਾ, ਜਿਹੜਾ ਉਹਨੇ ਦਿੱਤਾ ਸੀ, ਉਹ ਨਹੀਂ ਛੱਡਿਆ। ਉਹਦਾ ਨਤੀਜਾ ਨਿਕਲਿਆ, ਘਰ ਦੀ ਪਛਾਣ ਵੀ ਭੁੱਲ ਗਈ, ਘਰ ਦੇ ਮਾਲਕ ਨੂੰ ਮਿਲਣਾ ਤਾਂ ਉਸ ਤੋਂ ਅਗਲੀ ਗੱਲ ਸੀ। ਅੱਜ ਤਾਂ ਸਾਨੂੰ ਦੁਨੀਆ ਤੋਂ ਨਫ਼ਰਤ ਹੋ ਗਈ। ਇਸ ਸੰਸਾਰ, ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਜਿਹੜਾ ਸੱਚਾ ਇਸ ਜੱਗ ਵਿੱਚ ਸੰਸਾਰ ਵਿੱਚ ਰਹਿੰਦਾ ਸੀ, ਉਹਦੀ ਪਛਾਣ ਕੀ ਹੋਈ? ਜਦੋਂ ਸੰਸਾਰ ਦੀ ਪਛਾਣ ਹੀ ਗਈ, ਅੱਜ ਸਾਡੇ ਵਿੱਚ ਬਦਲਵੀਂ ਦੁਨੀਆ ਆ ਗਈ। ਅੱਜ ਸਾਡੇ ਸਾਹਮਣੇ ਬਦਲਵਾਂ ਸੰਸਾਰ ਆ ਗਿਆ। ਉਸ ਬਦਲਵੇਂ ਸੰਸਾਰ ਅੰਦਰ ਰੱਬ ਕਿਵੇਂ ਮਿਲੇ? ਕਿਉਂਕਿ ਰੱਬ ਤਾਂ ਬਦਲਿਆ ਨਹੀਂ। ਜੈਸਾ ਤੂੰ ਤੈਸਾ ਤੂੰ ਹੀ, ਉਹ ਬਦਲਦਾ ਹੀ ਨਹੀਂ। ਔਰ ਗੁਰਬਾਣੀ ਦੀ ਸੱਲਣ ਨੇ ਸਪਸ਼ਟ ਕਰ ਦਿੱਤਾ, ਕਹਿਣ ਲੱਗਾ, ਜਿਨ ਜੱਗ ਸਿਰਜ ਸਮਾਇਆ, ਜਿਨ ਜੱਗ ਸਿਰਜ ਸਮਾਇਆ, ਸੋ ਕੁਦਰਤ ਸੋ ਸਾਹਿਬ ਕੁਦਰਤ ਜਾਣੋ। ਕਹਿਣ ਲੱਗੇ ਉਹ ਸਿਰਜ ਕੇ ਵਿੱਚ ਬਹਿਣ ਵਾਲਾ, ਬੈਠਣ ਵਾਲਾ ਸਾਹਿਬ ਜਿਹੜਾ ਹੈ, ਉਹ ਕੁਦਰਤ ਵਿੱਚੋਂ ਹੀ ਜਾਣਿਆ ਜਾ ਸਕਦਾ ਹੈ। ਸੋ ਸਾਹਿਬ ਕੁਦਰਤ ਜਾਣੋਗਾ। ਆ ਕੁਦਰਤ ਨੂੰ ਸੰਭਾਲ, ਕੁਦਰਤ ਨੂੰ ਮੈਲਾ ਨਾ ਕਰ, ਦੁਨੀਆ ਨੂੰ ਕਾਲਾ ਨਾ ਕਰ, ਦੁਨੀਆ ਨੂੰ ਬਦਸੂਰਤ ਨਾ ਕਰ, ਫਿਰ ਤੈਨੂੰ ਇਸੇ ਦੁਨੀਆ ਵਿੱਚੋਂ ਰੱਬ ਲੱਭ ਪਏਗਾ। ਫਿਰ ਕਿਤੇ ਜੰਗਲਾਂ ਵਿੱਚ ਜਾਣ ਦੀ, ਫਿਰ ਕਿਤੇ ਤੀਰਥਾਂ 'ਤੇ ਜਾਣ ਦੀ ਲੋੜ ਨਹੀਂ ਪਏਗੀ। ਸੋ ਸਾਹਿਬ ਕੁਦਰਤ ਜਾਣੋ। ਵਾ ਅਗਲੇ ਪਾਸੇ ਇੱਕ ਲਾਈਨ ਕਹਿਣ ਲੱਗੇ, ਸੱਚੜਾ ਦੂਰ ਨਾ ਭਾਲੀਏ, ਘੱਟ ਘੱਟ ਸ਼ਬਦ ਪਛਾਣੋ। ਵਾ ਤੈਨੂੰ ਸ਼ਬਦ ਘੱਟ ਘੱਟ ਵਿੱਚ ਪ੍ਰਭੂ ਦੀ ਪਛਾਣ ਦੇ ਦੇਵੇਗਾ। ਤੂੰ ਸ਼ਬਦ ਨਾਲ ਜੋੜ, ਜੇ ਤੈਨੂੰ ਆਪ ਨੂੰ ਪ੍ਰਭੂ ਪਛਾਣਨਾ ਨਾ ਆਵੇ ਤਾਂ ਘੱਟ ਘੱਟ ਸ਼ਬਦ ਪਛਾਣੋ। ਵਾ ਉਹ ਰੱਬ ਨੂੰ ਦੂਰ ਨਾ ਸਮਝ। ਸੱਚੜਾ ਦੂਰ ਨਾ ਭਾਲੀਏ, ਘੱਟ ਘੱਟ ਸ਼ਬਦ ਪਛਾਣੋ। ਵਾ ਫਿਰ ਕਹਿਣ ਲੱਗੇ, ਸੱਚ ਸ਼ਬਦ ਪਛਾਣੋ, ਦੂਰ ਨਾ ਜਾਣੋ। ਸੱਚੇ ਸ਼ਬਦ ਦੇ ਆਸਰੇ, ਸੱਚੇ ਸ਼ਬਦ ਦੀ ਰੋਸ਼ਨੀ ਵਿੱਚ ਪ੍ਰਭੂ ਨੂੰ ਪਛਾਣ ਲਓ, ਉਹਨੂੰ ਦੂਰ ਨਾ ਸਮਝੋ। ਕਿਉਂਕਿ ਜਿਹਨੇ ਇਹ ਰਚਨਾ ਰਾਚੀ, ਜਿਹਨੇ ਇਹ ਦੁਨੀਆ ਬਣਾਈ, ਜਿਸਨੇ ਸ੍ਰਿਸ਼ਟੀ ਬਣਾਈ, ਉਹ ਆਪ ਵਿੱਚ ਬੈਠਾ ਹੈ, ਅਤੇ ਆਪਣੇ ਬੈਠਣ ਲਈ ਉਹ ਘਰ ਕਦੀ ਬਦਸੂਰਤ ਨਹੀਂ ਬਣਾਏਗਾ। ਇਸ ਲਈ ਦੁਨੀਆ ਖੂਬਸੂਰਤ ਹੈ। ਕਹਿਣ ਲੱਗੀ, ਸੱਚ ਸ਼ਬਦ ਪਛਾਣੋ, ਦੂਰ ਨਾ ਜਾਣੋ। ਸੱਚ ਸ਼ਬਦ ਪਛਾਣੋ, ਦੂਰ ਨਾ ਜਾਣੋ। ਜਿਨ ਇਹ ਰਚਨਾ ਰਾਚੀ, ਰਜ ਕੁਦਰਤ ਤੇਰੀ ਬਿਸਮਾ, ਤੂੰ ਅਚਰਜ ਕੁਦਰਤ ਤੇਰੀ ਬਿਸਮਾ, ਕਰਨਾ।
आपे कारण आपे करना तू अचरज कुदरत तेरी विश्वमा हो तू अचरज ਅਸੀਂ 6 ਹਫ਼ਤਿਆਂ ਵਿੱਚ ਦੁਨੀਆ ਦਾ ਬਦਸੂਰਤ ਰੂਪ ਦੇਖਿਆ ਨਾ ਜਿਹਦੇ ਕੋਲੋਂ ਡਰ ਆਉਂਦਾ ਹੈ ਉਸ ਦੁਨੀਆ ਵਿੱਚ ਬੈਠਾ ਹੋਇਆ ਤਾਂ ਭਰਾ ਵੀ ਸਾਨੂੰ ਡਰਾਉਂਦਾ ਹੈ ਉਸ ਦੁਨੀਆ ਵਿੱਚ ਬੈਠੇ ਹੋਏ ਪੜੋਸੀ ਕੋਲੋਂ ਵੀ ਡਰ ਲੱਗਦਾ ਹੈ ਤਾਂ ਖਿਆਲ ਕਰਿਓ ਉਹ ਦੁਨੀਆ ਜਿਹੜੀ ਹੈ ਨਾ ਉਹ ਮੇਰੇ ਰੱਬ ਦੀ ਬਣਾਈ ਹੋਈ ਨਹੀਂ ਉਹ ਸਾਡੀ ਮੈਲੀ ਕੀਤੀ ਹੋਈ ਸਾਡੀ ਬਦਸੂਰਤ ਕੀਤੀ ਹੋਈ ਜੇ ਕਦੀ ਅਸੀਂ ਪ੍ਰਭੂ ਦੀ ਬਣਾਈ ਹੋਈ ਉਸ ਕਾਦਰ ਦੀ ਬਣਾਈ ਹੋਈ ਕੁਦਰਤ ਦੇ ਨੇੜੇ ਹੋ ਕੇ ਦੇਖੀਏ ਬੜੀ ਖੂਬਸੂਰਤ ਹੈ ਪਰ ਸਾਨੂੰ ਉਸ ਕੁਦਰਤ ਦਾ ਭਾਗ ਉਸ ਕੁਦਰਤ ਦਾ ਹਿੱਸਾ ਬਣਨਾ ਪਏਗਾ ਜਿਹੜੇ ਅਸੀਂ ਨਹੀਂ ਬਣ ਰਹੇ ਅਸੀਂ ਬਣਾਵਟੀ ਦੁਨੀਆ ਵਿੱਚ ਰਹਿ ਰਹੇ ਹਾਂ ਬਣਾਵਟੀ ਧਰਮ ਨੂੰ ਹੀ ਅਪਣਾ ਰਹੇ ਹਾਂ ਬਣਾਵਟੀ ਬਾਣਿਆਂ ਨੂੰ ਅਸੀਂ ਧਰਮ ਸਮਝ ਰਹੇ ਹਾਂ ਤਾਂ ਜਿਹੜੀ ਚੀਜ਼ ਬਣਾਵਟ ਹੈ ਉਹ ਮਨੁੱਖੀ ਹੈ ਉਹ ਮੈਲੀ ਹੋਏਗੀ ਇਸ ਲਈ ਕਾਦਰ ਦੀ ਕੁਦਰਤ ਨਾਲ ਜੁੜਨਾ ਉਹਦੀ ਸੱਚਾਈ ਨੂੰ ਪਛਾਣਨਾ ਫਿਰ ਸਾਨੂੰ ਪਤਾ ਲੱਗੇਗਾ ਰੱਬ ਕਿਹੜਾ ਆਸ਼ਚਰਜ ਹੈ ਅਤੇ ਉਹਦੀ ਕੁਦਰਤ ਕਿਹੜੀ ਬਿਸਮਾਦ ਹੈ ਬਿਸਮ ਕਰਨ ਵਾਲੀ ਹੈਰਾਨ ਕੌਣ ਹੈ ਤਾਂ ਆਓ ਗੁਰੂ ਬਖਸ਼ਿਸ਼ ਕਰੇ ਸਾਨੂੰ ਕਾਦਰ ਦੇ ਕੁਦਰਤ ਨੂੰ ਪਛਾਣਨਾ ਆ ਜਾਏ ਅਤੇ ਕੁਦਰਤ ਵਿੱਚ ਬੈਠੇ ਰੱਬ ਨੂੰ ਜਾਣਨਾ ਆ ਜਾਏ ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚੁੱਕਾਂ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ